ਸਤਿ ਸ਼੍ਰੀ ਅਕਾਲ। ਇਹ ਜੀ ਉਹ ਜਗ੍ਹਾ ਹੈ ਜਿੱਥੇ ਬਾਈ ਦਾ ਐਕਸੀਡੈਂਟ ਹੋਇਆ, ਅਤੇ ਇੱਥੇ ਬਹੁਤ ਟਰੱਕ ਦੀ ਜਿਹੜੇ ਟਾਇਰ ਨੇ ਉਹਦਾ ਬ੍ਰੇਕਾਂ ਬਚੀਆਂ ਗਈਆਂ, ਔਰ ਆਹ ਜਿਹੜੀ ਜਗ੍ਹਾ ਹੈ ਜਿੱਥੇ ਇਸ ਜਗ੍ਹਾ 'ਤੇ ਐਕਸੀਡੈਂਟ ਹੋਇਆ, ਇੱਥੇ ਟਰੱਕ ਖੜ੍ਹਾ ਸੀਗਾ, ਟਰੱਕ ਦੇ ਟਾਇਰਾਂ ਦੇ ਬ੍ਰੇਕਾਂ ਤੁਸੀਂ ਵੇਖ ਸਕਦੇ ਹੋ, ਟਰੱਕ ਨੇ ਬ੍ਰੇਕਾਂ ਮਾਰੀਆਂ ਅਤੇ ਇਹ ਗੱਡੀ ਜਾ ਕੇ ਵਿੱਚ ਵੱਜੀ। ਇਹ ਵੀ ਕੁਐਸਚਨੇਬਲ ਕੁਐਸਚਨ ਬਣਦੇ ਹੈ ਕਿ ਆਹ ਸਾਰਾ ਗੱਡੀ ਦਾ ਟੁੱਟੀ ਪਈ ਹੈ, ਉਹ ਸਾਹਮਣੇ ਗੱਡੀ ਹੈ, ਕੋਈ ਨਹੀਂ, ਇਹ ਸਾਰਾ ਇੱਥੇ ਦੀ ਲਾਈਟ ਮੇਰੀ ਕਿੱਦਾਂ ਔਨ ਹੋਣੀ ਹੈ, ਇਹ ਦੇਖੋ। ਫਿਰ ਸਾਰਾ ਸਮਾਨ ਗੱਡੀ ਦਾ ਪਿਆ ਅਤੇ ਟੁੱਟਿਆ ਬਚਿਆ, ਇਸ ਜਗ੍ਹਾ 'ਤੇ ਐਕਸੀਡੈਂਟ ਹੋਇਆ। ਉਹ ਪਾਣੀ ਦੇ ਨਾਲ ਧੋ ਵੀ ਦਿੱਤਾ ਗਿਆ, ਪਾਣੀ ਕਿੱਥੋਂ ਆਇਆ ਪਤਾ ਨਹੀਂ। ਔਰ ਆਹ ਟਰੱਕ ਦੇ ਟਾਇਰਾਂ ਦੇ ਨਿਸ਼ਾਨ ਠੀਕ ਇੱਥੇ ਤੱਕ ਹੀ ਹੈ, ਇਹ ਟਾਇਰਾਂ ਦੇ ਨਿਸ਼ਾਨ ਨੇ। ਟਰੱਕ ਨੇ ਇੱਕਦਮ ਹਾਈਵੇ ਦੇ ਉੱਤੇ ਬ੍ਰੇਕ ਕਿਉਂ ਮਾਰੀ ਚੜ੍ਹਾਈ ਦੇ ਉੱਤੇ? ਉਸਨੇ ਚੜ੍ਹਾਈ 'ਤੇ ਬ੍ਰੇਕ ਮਾਰ ਦਿੱਤੀ, ਔਰ ਪਿੱਛੋਂ ਜਿਹੜੀ ਗੱਡੀ 150 ਦੀ ਸਪੀਡ 'ਤੇ ਆ ਰਹੀ ਸੀ ਉਹ ਵਿੱਚ ਆ ਕੇ ਵੱਜੀ। ਔਰ ਅਗਰ ਇੰਡੀਆ ਦੇ ਵਿੱਚ ਐਕਸੀਡੈਂਟ ਹੁੰਦੇ ਆ ਤਾਂ ਦੋ ਦੋ ਦਿਨ ਗੱਡੀਆਂ ਪਈਆਂ ਰਹਿੰਦੀਆਂ, ਉਹਨਾਂ ਨੂੰ ਕੋਈ ਚੱਕਦਾ ਨਹੀਂ ਹੈ। ਉਹ ਗੱਡੀ ਚੱਕ ਕੇ ਅੱਧੇ ਘੰਟੇ ਦੇ ਵਿੱਚ ਸਾਈਡ 'ਤੇ ਬਿਲਕੁਲ ਕਰ ਦਿੱਤੀ ਗਈ। ਉਹ ਸਾਰੇ ਲੋਕ ਉਹਨੂੰ ਦੇਖਦੇ ਪਏ ਜਾ ਕੇ ਉਸ ਗੱਡੀ ਨੂੰ ਕਿ ਕੀ ਹਾਲਤ ਉਹਦੀ ਹੋਈ ਹੈ। ਇਸ ਗੱਡੀ ਦੇ ਵਿੱਚ ਇਹ ਹਾਲਤ ਤੱਕ ਅੰਦਰ, ਔਰ ਬੋਡੀ ਨੂੰ ਕੁਛ ਨਹੀਂ ਹੋਇਆ, ਬੰਦਾ ਚਲਾ ਗਿਆ। ਬਹੁਤ ਸਾਰੇ ਸਵਾਲ ਨੇ ਜਿਹੜੇ ਇਹ ਵੀ ਨਹੀਂ ਉਮੀਦ ਕਿ ਕਦੀ ਇਹਨਾਂ ਦੇ ਜਵਾਬ ਮਿਲਣਗੇ। ਉਹ ਪੁਲਿਸ ਦੀ ਗੱਡੀਆਂ ਹਜੇ ਵੀ ਖੜੀਆਂ, ਉਹ ਟਰਾਲਾ ਜਿਹਾ ਅਜੇ ਵੀ ਖੜ੍ਹਾ ਅੱਗੇ। ਇਸ ਟਰਾਲੇ ਦੇ ਪਿੱਛੇ ਜਾ ਕੇ ਗੱਡੀ ਵੱਜੀ। ਇਹ ਇਹ ਖੂਨ ਨਾਲ ਲਿਬੜੀ ਬੁੱਕ ਹੈ ਜਿਹੜੀ ਖਾਲਸਾ ਫਤਿਹਨਾਮਾ ਨਾਮ ਦੀ ਇੱਕ ਮੈਗਜ਼ੀਨ ਹੈ, ਜਿਹੜੀ ਤੁਸੀਂ ਮੈਨੂੰ ਇਹ ਦੱਸੋ ਵੀ ਦਾਰੂ ਤੇ ਇਤਿਹਾਸ ਇਹ ਦੋ ਕਿਰਪਾਨਾਂ ਨੇ ਤੇ ਇੱਕ ਮਿਆਨ ਸਾਡਾ ਸਰੀਰ, ਹੁਣ ਉਹਦੇ 'ਚ ਇੱਕ ਕਿਰਪਾਨ ਹੀ ਪਊਗੀ ਨਾ, ਜਿਹੜਾ ਇਹ ਕਿਰਪਾਨ ਪਾਈ ਫਿਰਦਾ ਸੀ ਉਹ ਦਾਰੂ ਦੀ ਕਿਰਪਾਨ ਕਿਤੇ ਪਾ ਸਕਦਾ? ਦੱਸੋ ਮੈਨੂੰ ਉਹ ਦਾਰੂ ਕਿਵੇਂ ਪੀ ਸਕਦਾ? ਪ੍ਰੋਪੋਗੰਡਾ ਕਰਦੇ ਨੇ, ਜਿਉਂਦਿਆਂ ਵੀ ਭੰਡਿਆ ਮਰਿਆ ਵੀ ਭੰਡਦੇ ਨੇ।
ਅਸੀਂ ਤਾਂ ਮੈਂ ਤਾਂ ਸ਼ਰੇਆਮ ਉੱਥੇ ਮੀਡੀਆ ਦੇ ਵਿੱਚ ਕਹਿ ਕੇ ਆਇਆ ਕਿ ਤੁਸੀਂ ਬਲੱਡ ਹਜੇ ਵੀ ਉੱਥੇ ਬਾਲਟੀ ਭਰੀ ਪਈ ਆ ਬਲੱਡ ਦੀ, ਕਰ ਲਓ ਚੈੱਕ ਜੇ ਤੁਹਾਨੂੰ ਲੱਗਦਾ ਕਿ ਉਹਦੀ ਦਾਰੂ ਪੀਤੀ। ਪਰ ਨਜਾਇਜ਼ ਪ੍ਰੋਪਗੰਡਾ ਨਹੀਂ ਚਲਾਉਣਾ ਚਾਹੀਦਾ, ਕਿਸੇ ਦੇ ਐਵੇਂ ਰੋਟੀਆਂ ਸੇਕਣ ਦਾ ਕੰਮ ਨਹੀਂ ਕਰਨਾ ਚਾਹੀਦਾ। ਉਹ ਬੰਦਾ ਚੜਿਆ ਗਿਆ ਦੁਨੀਆ ਤੋਂ, ਚਿੱਟੀ ਚਾਦਰ ਸੀ ਉਹਦੀ, ਚਿੱਟੀ ਚਾਦਰ ਸੀ ਅਤੇ ਚਿੱਟੀ ਕੋਈ ਲੈ ਕੇ ਗਿਆ ਉਹ, ਹਜੇ ਤੱਕ ਉਹਦੇ 'ਤੇ ਨਾ ਕੋਈ ਦਾਗ ਲੱਗਿਆ ਨਾ ਕੋਈ ਸਾਬਤ ਕਰ ਸਕਿਆ। ਕਹਿਣ ਵਾਲੇ ਸਾਰੇ ਵਿਕ ਗਏ, ਪਰ ਉਹ ਅੱਜ ਵੀ ਬੇਦਾਗ ਹੀ ਇਸ ਦੁਨੀਆ ਤੋਂ ਚਲਿਆ ਗਿਆ। ਅਸੀਂ ਮਾਣ ਕਰਦੇ ਹਾਂ ਸਾਡੇ ਭਰਾ 'ਤੇ, ਸਾਨੂੰ ਮਾਣ ਆ, ਸਾਨੂੰ ਫਕਰ ਆ, ਸਾਡੀ ਧੌਣ ਨਹੀਂ ਨੀਵੀਂ ਹੋਣ ਦਿੱਤੀ। ਦੁਨੀਆ ਤੋਂ ਚੱਲ ਗਿਆ ਪਰ ਸਾਡੀ ਧੌਣ ਨਹੀਂ ਕਦੇ ਨੀਵੀਂ ਹੋਣ ਦਿੱਤੀ। ਦੁਨੀਆ ਵੇਖਦੀ ਹੁੰਦੀ ਸੀ, ਸਾਡੇ ਨਾਲ ਬੜੇ ਲੋਕ ਜਿੱਤਦੇ ਸੀ, ਸਾਡਾ ਫਰੈਂਡ ਸਰਕਲ ਬੜਾ ਜਿੱਤਦਾ ਹੁੰਦਾ ਸੀ। ਉਹਨਾਂ ਨੇ ਕਹਿਣਾ ਇਹ ਇੱਦਾਂ ਨਿਕਲੂ, ਇੱਦਾਂ ਨਿਕਲੂ, ਅਸੀਂ ਕਹਿਣਾ ਉੱਥੇ ਧੌਣ ਬਣਾ ਦਾਂਗੇ ਜਿੱਦਾਂ ਨਿਕਲੂ। ਪਰ ਅਸੀਂ ਮਾਣ ਮਹਿਸੂਸ ਕਰਦੇ ਹਾਂ, ਥੋੜ੍ਹੀ ਜ਼ਿੰਦਗੀ ਜਿਉਂ ਗਿਆ, ਥੋੜ੍ਹੇ ਚਿਰ ਦੀਆਂ ਸਾਂਝਾਂ ਪਾ ਗਿਆ, ਪਰ ਸੋਈ ਹੋਣੀ ਇਤਿਹਾਸ ਪੜ੍ਹਦੇ ਰਹੇ, ਦੀਪ ਸਿੱਧੂ ਇਤਿਹਾਸ ਪੜ੍ਹਦਾ ਰਿਹਾ, ਇਤਿਹਾਸਿਕ ਚੀਜ਼ਾਂ ਮਿਲੀਆਂ ਨੇ ਗੱਡੀ ਦੇ ਵਿੱਚ। ਆਹੀ ਇਨਕੁਆਇਰੀਆਂ, ਆਹੀ ਸਭ ਕੁਛ ਮੰਗਦੇ ਰਹਿ ਜਾਵਾਂਗੇ, ਔਰ ਆਹੀ ਬੇਸ਼ਰਮੀ ਤਰ੍ਹਾਂ ਨਾਲ ਲਟਕਦੀਆਂ ਰਹਿਣਗੀਆਂ। ਨਾ ਇਹਦਾ ਕੁਛ ਜਵਾਬ ਮਿਲਣਾ, ਨਾ ਇਹਦਾ ਕੁਛ ਹੋਣਾ। ਖਾ ਗਏ, ਚੁੱਪਦਾ ਸੀਗਾ ਜਿਹਨਾਂ ਨੂੰ ਖਾ ਗਏ। ਪਰ ਇਹ ਚੀਜ਼ਾਂ ਮਿਲੀਆਂ ਨੇ ਦੀਪ ਸਿੰਘ ਦੀ ਗੱਡੀ ਦੇ ਵਿੱਚੋਂ, ਪਾਣੀ ਦੀਆਂ ਬੋਤਲਾਂ ਨੇ, ਸੈਨੇਟਾਈਜ਼ਰ ਅਕਸਰ ਵਰਤਦੇ ਹੁੰਦੇ ਸੀ। ਇਹੀ ਆਖਰੀ ਹੁਣ ਸ਼ਾਇਦ ਮੈਂ ਹੁਣੇ ਗੁਰਮੀਤ ਭਾਈ ਨੂੰ ਕਹਿੰਦਾ ਪਿਆ ਸੀਗਾ, ਭਾਈ ਸਾਹਿਬ ਮਾਨ ਸਾਹਿਬ ਵੀ ਉੱਥੋਂ ਹੀ ਆਏ ਨੇ, ਕਿ ਵੀ ਸਾਨੂੰ ਤਾਂ ਇੱਕ ਕਿਸਮ ਦਾ ਉਹਨਾਂ ਦਾ ਆਖਰੀ ਗੱਲ ਇਹੀ ਯਾਦ ਸੀਗੀ ਕਿ ਵੀ ਮਾਨ ਸਾਹਿਬ ਨੂੰ ਜਿਤਾਉਣਾ, ਮਾਨ ਸਾਹਿਬ ਨੂੰ ਜਿਤਾਉਣ ਕਰਕੇ ਜਾਣ ਲਵਾਂਗੇ ਉਹਨੇ ਬਹੁਤ ਗੰਦੀ ਜੀ ਰਾਜਨੀਤੀ ਇੱਕ ਸਾਈਡ 'ਤੇ ਹੋ ਜਾਈਏ, ਪਰ ਮਾਨ ਸਾਹਿਬ ਨੂੰ ਜਿਤਾਉਣ ਦੇ ਲਈ ਜਾਣ ਲਵਾਂਗੇ। ਖਾਲਸਾ ਫਤਿਹਨਾਮਾ ਬਾਰ ਬਾਰ ਅਸੀਂ ਕਹਿ ਰਹੇ ਹਾਂ, ਦੀਪ ਸਿੱਧੂ ਪੜ੍ਹਦਾ ਹੁੰਦਾ ਸੀ ਸਤਿ ਦਰਮਿਆਨ ਸਿੰਘ ਹੋਣਾ ਨੂੰ, ਦੀਪ ਸਿੱਧੂ ਪੰਜਾਬ ਦੀ ਫੌਜ ਦੀ ਗੱਲ ਕਰਦਾ ਸੀ। ਹਾਂਜੀ
ਸਾਰਾ ਖਤਮ ਹੋ ਖਰਾਬ ਹੀ ਗੱਡੀ ਪਰਲੇ ਬਣੇ ਜੇ ਲੱਗ ਰਹੀ ਕਨੈਕਟ ਗੱਡੀ ਲੱਗਣੀ ਇਹ ਤਾਂ ਹੋਇਆ ਵਾ ਜਿੱਦਾਂ ਗੱਡੀ ਘੁੰਮ